ਹਰਜੋਤ ਸਿੰਘ ਜੀ ਇਸ ਵੀਕਐਂਡ ਦੇ ਉੱਤੇ ਅੱਜਕੱਲ ਦੇ ਵਿੱਚ ਬਰਫਬਾਰੀ ਹੋ ਰਹੀ ਆ ਕੈਲੀਫੋਰਨੀਆ ਜਿਹੜਾ ਕਿ ਸੋਕੇ ਦੀ ਮਾਰ ਦੇ ਵਿੱਚੋਂ ਆ ਦੂਜੀ ਹੀਟ ਵੇਵ ਆਪਾਂ ਦੇਖ ਰਹੇ ਸੀਗੇ ਅਪ੍ਰੈਲ ਮਹੀਨੇ ਦੇ ਵਿੱਚ ਆਲਰੇਡੀ ਆ ਗਈ ਸੀ ਇਸ ਥੋੜੀ ਜੀ ਆਈ ਠੰਡ ਤੇ ਬਰਫ ਦੇ ਨਾਲ ਰਾਹਤ ਮਹਿਸੂਸ ਕੀਤੀ ਜਾ ਰਹੀ ਆ ਟਾਹੋ ਦੇ ਵਿੱਚ 650 ਫੁੱਟ ਦੀ ਉਚਾਈ ਜਾਂ ਉਸ ਤੋਂ ਉੱਤੇ ਉੱਤੇ 1 ਤੋਂ 3 ਫੁੱਟ ਤੱਕ ਸਨੋ ਜਿਹੜੀ ਆ ਉਹ ਪਈ ਆ ਇਸ ਅਪ੍ਰੈਲ ਦੇ ਜਿਹੜੇ ਸਨੋ ਸਟਾਰਮ ਆ ਉਸ ਦੇ ਨਾਲ ਸੋ ਕਹਿੰਦੇ ਵੀ ਇਹ ਓਵਰਆਲ ਕਹ ਲੋ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕੁਝ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਲਈ ਪਾਣੀ ਦੇ ਨੂੰ ਲੈ ਕੇ ਜਿਹੜੀ ਇਹ ਚੰਗੀ ਖਬਰ ਆਪਾਂ ਮੰਨ ਸਕਦੇ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਸ਼ਾਇਦ ਹੋਰ ਵੀ ਸਨੋ ਜਿਹੜੀ ਆ ਉਹ ਆ ਸਕਦੀ ਹੈਗੀ ਆ ਸੋ ਇਹ ਵਧੀਆ ਜਿਹੜਾ ਕੰਮ ਜਿਹੜਾ ਉਹ ਰਿਹਾ ਹੈਗਾ ਯਾ ਸਿਆਰਾ ਨਵਾਡਾਸ ਦੇ ਵਿੱਚ ਬਰਫਬਾਰੀ ਦੇ ਨਾਲ ਮੌਸਮ ਦੇ ਵਿੱਚ ਵੀ ਥੋੜੀ ਠੰਡਕ ਆ ਉਹ ਦੇਖੀ ਗਈ ਆ ਤੇ 80 ਡੋਨਰ ਸਮਿਟਾ ਉਸਤੇ ਲਾਗੇ ਸ਼ਾਗੇ 50 ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਇਸ ਮੌਕੇ ਹਰਜੋਤ ਸਿੰਘ ਜੀ ਚੇਂਜ ਰਿਕੁਆਇਰਡ ਜਿਹੜੀਆਂ ਉਹ ਬਣੀਆਂ ਪਈਆਂ ਸੋ ਜਿਹੜੇ ਟਰੈਵਲ ਵੀ ਕਰ ਰਿਹਾ ਉਹਨਾਂ ਇਲਾਕਿਆਂ ਚ ਖਾਸ ਕਰਕੇ ਜਿਹੜੇ ਸਾਡੇ ਡਰਾਈਵਰ ਹੈਗੇ ਨੇ ਉਹ ਜਿਹੜਾ ਜ਼ਰੂਰ ਧਿਆਨ ਰੱਖਣ ਹੋ ਸਕਦਾ ਵੀ ਕਈ ਜਿਹੜੇ ਫ੍ਰੀਵੇਅ ਆ ਉਹ ਬੰਦ ਵੀ ਹੋ ਸਕਦੇ ਨੇ ਪਰ ਮੋਸਟਲੀ ਥਾਵਾਂ ਦੇ ਉੱਤੇ ਚੇਨ ਕੰਟਰੋਲ ਉਹ ਚੱਲ ਰਿਹਾ ਹੈ ਜੀ ਬਿਲਕੁਲ ਲੇਖਤਾ ਉਹਦੇ ਵਿੱਚ ਪੋਟੈਂਸ਼ੀਅਲ ਕਹਿੰਦੇ ਸੁਪਰਿੰਗ ਸਟਾਰਮ ਆ ਸਕਦਾ ਹੈਗਾ ਸੋ ਟੈਂਪਰੇਚਰ ਆਪਾਂ ਬੇਰੀ ਵਿੱਚ ਵੀ ਅੱਜ ਦੇਖ ਰਹੇ ਆ ਕਾਫੀ ਡਾਊਨ ਗਿਆ ਹੋਇਆ ਹੈ ਜੀ ਤੇ ਅਗਲੀ ਖਬਰ ਵੱਲ ਚਲੀਏ ਰਾਜਕਰਮੀ ਸਿੰਘ ਜੀ ਤੇ ਇੱਕ ਬੀਬੀ ਨੇ ਆਪਣੇ ਆਪ ਨੂੰ ਹੁਣ ਗਿਲਟੀ ਫੀਲ ਕਰ ਰਿਹਾ ਕਿਉਂਕਿ ਉਸ ਤੇ ਉੱਤੇ ਹੇਟ ਕਰਾਇਮ ਦੇ ਚਾਰजेस ਲਾਏ ਗਏ ਸੀ ਉਸ ਨੇ ਇੱਕ ਕਾਲੇ ਮੂਲ ਦੇ ਬੱਚੇ ਦੇ ਉੱਤੇ ਅਝੂਠੇ ਚਾਰਜ ਲਾਤੇ ਸੀ ਕਿ ਉਸਨੇ ਮੇਰਾ ਜਿਹੜਾ ਫੋਨ ਆ ਉਹ ਚੋਰੀ ਕਰ ਲਿਆ ਆ ਮੀਆ ਕਨਸੈਂਟੋ ਉਸ ਦੀ ਜਿਹੜੇ ਚਾਰजेस ਆ ਹੁਣ ਉਹਨਾਂ ਨੂੰ ਘਟਾ ਕੇ ਮਿਸਟਮੀਨਰ ਕਰ ਦਿੱਤਾ ਗਿਆ ਆ ਤਾਂ ਕਿ ਉਹ ਨਹੀਂ ਤਾਂ ਉਹਦੇ ਉੱਤੇ ਚਾਰजेस ਜ਼ਿਆਦਾ ਲੱਗਣੇ ਸੀ ਜਦੋਂ ਉਸਨੇ ਐਡਮਿਟ ਕਰ ਲਿਆ ਤੇ ਹਾਂ ਮੇਥੋਂ ਗਲਤੀ ਹੋਈ ਹੈਗੀ ਆ ਤੇ ਉਸਦੇ ਚਾਰजेस ਕੋਟ ਬਨੋ ਘਟਾਏ ਗਏ ਹੈਗੇ ਇੱਕ ਵਾਇਰਲ ਵੀਡੀਓ ਸ਼ੋ ਹੋਈ ਸੀ ਕਨਸੈਂਟੋ ਦੀ ਜਿਹਦੇ ਵਿੱਚ ਉਹ ਕਾਲੇ ਮੂਲ ਦੀ ਬੱਚੀ 14 ਸਾਲਾਂ ਦੀ ਉਹਦੇ ਉੱਤੇ ਸ਼ਾਊਟ ਕਰ ਰਹੀ ਸੀ ਕਿ ਤੂੰ ਜਿਹੜਾ ਮੇਰਾ ਫੋਨ ਆ ਉਹ ਚੋਰੀ ਕਰ ਲਿਆ ਹੈਗਾ ਇਹ ਇਨਸੀਡੈਂਟ ਦਸੰਬਰ 26 2020 ਚ ਹੋਈ ਸੀ ਇੱਕ ਆਰਲੋਸ ਉਹ ਲੌਬੀ ਜਿਹੜਾ ਸਟੋਰ ਆ ਉਹਦੇ ਵਿੱਚ ਤੇ ਉਹ ਤੋਂ ਬਾਅਦ ਇਹ ਕੇਸ ਚੱਲ ਰਿਹਾ ਸੀ ਤੇ ਹੁਣ ਉਸਨੇ ਆਪਣੇ ਆਪ ਨੂੰ ਸੌਰੀ ਵੀ ਫੀਲ ਕੀਤਾ ਜੱਜ ਸਾਹਮਣੇ ਗਿਲਤੀ ਵੀ ਮੰਨਿਆ ਹੈਗਾ ਦੀ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਸਟੇਟਮੈਂਟ ਇਸ਼ੂ ਕੀਤੀ ਆ ਉਹ ਕਹਿੰਦੇ ਵੀ ਜੋ ਵੀ ਇਸ ਬੀਬੀ ਨੇ ਕੀਤਾ ਹੈਗਾ ਪੋਂਸੈਨੋ ਨੇ ਜਿਹੜੀ ਕਿ ਇੱਕ ਚਿੱਟੇ ਮੂਲ ਦੀ ਆ ਤੇ ਉਹ ਇੱਕ ਬਹੁਤ ਮਾੜਾ ਬਿਹੇਵੀਅਰ ਆ ਇੱਕ ਕਾਲੇ ਮੂਲ ਦੇ ਬੱਚੇ ਦੇ ਉੱਤੇ ਰੈਸ਼ੀਅਲ ਪ੍ਰੋਫਾਈਲਿੰਗ ਦੇ ਜਿੱਦਾਂ ਕੀਤੀ ਗਈ ਆ ਉਹਦੇ ਨਾਲ ਉਹਤੇ ਗਲਤ ਚਾਰਜਸ ਲਾਈ ਗਈ ਆ ਤੇ ਮੈਂ ਇਸ ਬੱਚੇ ਦੇ ਨਾਲ ਸympathy feel ਕਰਦਾ ਹੈਗਾ ਆ ਸੋ ਇਸ ਨੂੰ ਜਿਹੜਾ ਆ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਹੈ ਜੀ ਹਰਜੋਤ ਸਿੰਘ ਜੀ ਬਹੁਤ ਦੇਖੋ ਮਾੜੀ ਗੱਲ ਆ ਇੱਕ ਟਾਈਮ ਦੇ ਉੱਤੇ ਕਿਸੇ ਦਾ ਕੈਰੀਅਰ ਕਿਸੇ ਦਾ ਜੀਵਨ ਜਿਹੜਾ ਅਜਿਹੇ ਝੂਠੇ ਇਲਜ਼ਾਮਾਂ ਦੇ ਨਾਲ ਬਰਬਾਦ ਜਿਹੜਾ ਉਹ ਹੋ ਜਾਂਦਾ ਹੈ ਹਰਜੋਤ ਸਿੰਘ ਜੀ ਵੀ ਅ ਇਦਾਂ ਦਾ ਕਿ ਤੱਕ ਇੱਕ ਟਾਈਮ ਦੇ ਉਤੇ ਤੇ ਹੇਟ ਕਰਾਇਮ ਦੇ ਚਾਰਜ ਲੱਗਨੇ ਸੀ ਹੁਣ ਮਾਫੀ ਮੰਗ ਕੇ ਤੇ ਹੇਟ ਕਰਾਇਮ ਦੇ ਚਾਰजेस ਨੂੰ ਕਟਾ ਕੇ ਇਹਨ ਮਿਸਟਮੀਨਰ ਪਲੀ ਜਿਹੜਾ ਹੈ ਉਹ ਕਰ ਰਹੀ ਹੈ ਹੁਣ ਦੇਖੋ ਜੇ ਅਗਲੇ ਪਾਸੇ ਗੱਲ ਵੱਧਦੀ ਹੈ ਟ੍ਰਾਇਲ ਲੱ ਜਾਂਦੀ ਹੈ ਤਾਂ ਗੱਲ ਉਧਰਲੇ ਪਾਸੇ ਨੂੰ ਜਾਊਗੀ ਹੇਟ ਕਰਾਇਮ ਵਾਲੇ ਚਾਰजेस ਉਹ ਪੁਸ਼ ਕਰਨਾ ਚਾਹੁੰਦੇ ਆ ਜਾਂ ਨਹੀਂ ਪਰ ਇਹ ਬਹੁਤ ਮੰਦਪਾਗੀ ਗੱਲ ਆ ਬੀ ਇਦਾਂ ਜਿਹੜੇ ਨਿਆਣੇ ਇੱਕ ਦੂਜੇ ਨਾਲ ਕਰਦੇ 23 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਤੇ ਕਿੰਨੀ ਛੋਟੀ ਬੱਚੀ ਦੇ ਉੱਤੇ ਇਸ ਨੇ ਝੂਠੇ ਇਲਜ਼ਾਮ ਜਿਹੜੇ ਉਹ ਲਾ ਕੇ